ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਡਾਕਟਰ ਡਾਕਟਰ ਰਮੇਸ਼ ਡਾਕਟਰ ਰਮੇਸ਼ ਸੁਪਰ ਸਪੈਸ਼ੈलिटी ਆਈ ਐਂਡ ਲੀਜ਼ਾ ਸੈਂਟਰ ਪਾਇਰੰਤੀਸ ਨਗਰ ਲੋਜਾਨਾ ਤੋਂ ਮੈਂ ਇਹ ਦੱਸਣਾ ਚਾਹਣਾ ਕਿ ਜਿਹੜਾ ਆਈ ਦੇ ਸਮੇਂ ਦੇ ਵਿੱਚ ਸਮੁੱਚੇ ਆਪਾਂ মিডিਆ ਦੇ ਵੀ ਦੇਖ ਲਈਏ ਸਮਾਜ ਦੇਖ ਲਈਏ ਕਿ دہشت ਪਾਈ ਜਾ ਰਹੀ ਹੈ ਉਹ دہشت ਕੀ ਹੈਗੀ ਹੈ ਕਿ ਕਰੋਨਾ ਵਾਇਰਸ ਪਤਾ ਨਹੀਂ ਕੀ ਇਹ ਲੋਕ ਡਰੇ ਹੋਏ ਨੇ ਮੌਤਾਂ ਹੋ ਰਹੀਆਂ ਨੇ ਸਮੁੱਚੇ ਸੰਸਾਰ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਵੀ ਦੱਸ ਦਿੱਤੀ ਐ ਇਸ ਜੀ ਨੇ ਸੋ ਮੈਂ ਉਹਦੇ ਬਾਰੇ ਆਪਣੇ ਸਮਾਜ ਦੇ ਨਾਲ ਕੁਝ ਪਹਿਲੂ ਹੈਗੇ ਨੇ ਇੱਕ ਡਾਕਟਰ ਹੋਂ ਦੇ ਨਾਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਨਾ ਆਓ ਪਰ ਸ਼ੇਅਰ ਕਰੀਏ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਵਾਂਗਾ ਸਾਡਾ ਜਿਹੜਾ ਆਈ ਬੈਂਕ ਹੈਗਾ ਆ ਪੁਨਰਜੋਤ ਆਈ ਬੈਂਕ ਹੈ ਪਿਛਲੇ 28 ਸਾਲ ਤੋਂ ਲਗਾਤਾਰ ਸਮਾਜ ਦੇ ਵਿੱਚ ਜਾਗਰੂਤਾ ਦੇ ਵਿੱਚ ਅੱਖਾਂ ਦਾਣ ਤੇ ਸੇ ਸਿੱਖਿਆ ਵਾਸਤੇ ਇੱਕ ਸੇਵਾ ਨਿਭਾਉਂਦਾ ਆ ਰਿਹਾ ਹੈ ਤੇ ਇਸ ਵੇਲੇ ਪੁਨਰਜੋਤ ਆਈ ਬੈਂਕ ਇੰਡੀਆ ਦੇ ਬੈਸਟ ਆਈ ਬੈਂਕਾਂ ਵਿੱਚੋਂ ਹੈਗੇ ਨੇ ਨੰਬਰ 1 ਤੇ ਮੈਂ ਕਹਾਵਾਂਗਾ ਜਿਹੜੇ ਬੜੇ ਅੱਛੇ ਢੰਗ ਦੇ ਨਾਲ ਸੇਵਾ ਨਿਭਾਉਂਦੇ ਨੇ ਜਿੱਥੇ ਅੱਖਾਂ ਦਾ ਦੇ ਨਾਲ ਨਾਲ ਆਪਾਂ ਸਿਹਤ ਸਿੱਖਿਆ ਨੂੰ ਵੀ ਤਵੱਜੋ ਦਿੰਦੇ ਆ ਸਾਡੇ ਵੱਲੋਂ ਇੱਕ ਡਰਾਈਵ ਸ਼ੁਰੂ ਕੀਤੀ ਹੋਈ ਹੈ ਉਹਦਾ ਨਾਮ ਹੈ ਪੁਨਰਜੋਤ ਹੈਲਥ ਐਜੂਕੇਸ਼ਨ ਡਰਾਈਵ ਇਸ ਡਰਾਈਵ ਦੇ ਵਿਦਿਆਤ ਆਪਾਂ ਪਿਛਲੇ ਸਮੇਂ ਦੇ ਵਿੱਚ ਆਪਾਂ ਜਦੋਂ-ਜੋ ਸਮੇਂ-ਸਮੇਂ 'ਤੇ ਕੋਈ ਸਿਹਤ ਦੇ ਆਪਣੇ ਨੈਸ਼ਨਲ ਹੈਲਥ ਡੇਜ਼ ਆਉਂਦੇ ਨੇ ਆਪਾਂ ਉਹਨਾਂ ਨੂੰ ਸੈਲੀਬ੍ਰੇਟ ਕਰਦੇ ਆ ਉਹਨਾਂ ਨੂੰ ਸਮਾਜ ਦੇ ਪੱਧਰ 'ਤੇ ਆਪਾਂ ਪੱਖ ਰੱਖਦੇ ਆ ਕਿ ਆਓ ਆਪਾਂ ਸਿਹਤ ਪ੍ਰਤੀ ਜਾਗਰੂਕ ਹੋ ਕੇ ਆਪਾਂ ਕੰਦਸ ਰੱਖੀ ਪੁਨਰਚੋਦ ਹਮੇਸ਼ਾ ਚਾਹੁੰਦਾ ਹੈ ਕਿ ਆਪਾਂ ਤੰਦਸ ਰਹੀਏ ਆਪਾਂ ਇੱਕ ਦੂਜੇ ਕੰਮ ਆਈਏ ਤੇ ਜਦੋਂ ਆਪਾਂ ਇਸ ਦੁਨੀਆ ਚਲੇ ਜਾਈਏ ਤਾਂ ਉਸ ਤੋਂ ਬਾਅਦ ਵੀ ਆਪਾਂ ਕਿਸੇ ਕੰਮ ਆਈਏ ਭਾਵ ਅੱਖਾਂ दान ਜਾਂ ਅੰਗ ਦਾਨ ਵਾਸਤੇ ਪਿਛਲੇ ਸਮੇਂ ਦੇ ਵਿੱਚ ਆਪਾਂ ਇੱਕ ਡਾਇਬੀਟਿਸ ਦੇ ਬਹੁਤ ਅੱਛੀ ਵੀਡੀਓਜ਼ ਬਣਾਈ ਸੀ ਫਿਰ ਉਸ ਤੋਂ ਬਾਅਦ ਆਪਾਂ ਇੱਕ ਸਪੈਸ਼ਲ ਇੱਕ ਛੋਟੀ ਸ਼ਾਰਟ ਫਿਲਮ ਬਣਾਈ ਹੈ ਨੋਜਰ ਨੰਬਰ ਹਾਈਪਰਟੈਨਸ਼ਨ ਤੇ ਇਸੇ ਤਰ੍ਹਾਂ ਵਕਫ ਵਕ ਸਮੇਂ ਤੇ ਆਪਾਂ ਸਭ ਨੂੰ ਵਾਣਦੇ ਆ ਰਹੇ ਆਓ ਅਸੀਂ ਆਪਾਂ ਇਸ ਵਾਰ ਬਗਲ ਕਰੀਏ ਕੋਰੋਨਾ ਵਾਇਰਸ ਦੇ ਚਲੇ ਸੋ ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹਾਂਗਾ ਜਿਹੜਾ ਕੋਰੋਨਾ ਵਾਇਰਸ ਜਿਹੜਾ ਹੈਗਾ ਜਿਹੜਾ ਆਪਾਂ ਦੇਖਦੇ ਆ ਰਹੇ ਹਾਂ ਚਾਈਨਾ ਦੇ ਵਿੱਚ ਵੁਹਾਨ ਸਿਟੀ ਹੈਗਾ ਜਿਹੜੇ ਹੁਣ ਤੱਕ 170 ਡੈਥ ਹੋ ਚੁੱਕੀਆਂ ਨੇ ਤੇ 1000 ਕੇਸ ਜਿਹੜੇ ਹੈਗੇ ਨਵੇਂ ਆਏ ਨੇ ਤੇ ਸਮੁੱਚੇ ਸੰਸਾਰ ਦੇ ਵਿੱਚ 6000 ਤੋਂ ਉੱਪਰ ਨਵੇਂ ਕੇਸ ਡਿਟੈਕਟ ਹੋਏ ਨੇ ਇਹ ਸਭ ਨੂੰ ਦੇਖਦੇ ਹੋਏ WHO ਨੇ ਵੀ ਇੱਕ ਐਮਰਜੈਂਸੀ ਤੌਰ ਤੇ ਇੱਕ ਇਨੀਸ਼ੀਏਟਿਵ ਜਾਂ ਗਾਈਡਲਾਈਨ ਸ਼ੁਰੂ ਕੀਤੀਆਂ ਨੇ ਜਿਹੜੀਆਂ ਕਿ ਸਾਨੂੰ ਸਾਡਾ ਵੀ ਫਰਜ਼ ਬਣਦਾ ਹੈ ਵੀ ਆਪਾਂ ਉਹਨਾਂ ਨੂੰ ਸਮਝਿਏ ਤੇ ਆਪਾਂ ਅਡਾਪਟ ਕਰੀਏ ਖਾਸ ਕਰਕੇ ਸਾਡੇ ਭਾਰਤ ਸਰਕਾਰ ਨੇ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਹੈ ਜਿਹਦੇ ਬਾਰੇ ਸਾਨੂੰ ਸਾਰਿਆਂ ਨੂੰ ਆਪਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈਗਾ ਕਰੋਨਾ ਵਾਇਰਸ ਕੀ ਹੈਗਾ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਰੋਨਾ ਵਾਇਰਸ ਤੋਂ ਡਰੋ ਨਹੀਂ ਸਿਰਫ ਸਾਵਧਾਨੀ ਵਰਤਣ ਦੀ ਲੋੜ ਹੈਗੀ ਆ ਇਹ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ ਕਿ ਬਹੁਤ ਜ਼ਿਆਦਾ ਘਾਤਕ ਹੈਗਾ ਆ ਜਿ ਤੁਹਾਨੂੰ ਨੁਕਸਾਨ ਹੋ ਗਏ ਪੈਨਿਕ ਨਾ ਕਰਿਓ ਸੋ ਡਰਨਾ ਨਹੀਂ ਹੈਗਾ ਸਾਵਧਾਨੀ ਵਰਤ ਕੇ ਆਪਾਂ ਇਸ ਤੇ ਆਪਾਂ ਜਿੱਤ ਹਾਸਲ ਕਰਨੀ ਹੈਗੀ ਹੈ ਕੋਰੋਨਾ ਵਾਇਰਸ ਕੀ ਹੈਗਾ ਵੀ ਇਹ ਪਿਛਲੇ 1960 ਤੋਂ ਲੈ ਕੇ ਇਹ ਕੋਰੋਨਾ ਵਾਇਰਸ ਡਿਟੈਕਟ ਹੋਇਆ ਸੀਗਾ ਜਿਹੜਾ ਕਿ ਬੜੀ ਇਹਦੀ ਵੈਰਾਈਟੀਆਂ ਹੈਗੀਆਂ ਨੇ ਸੋ ਹੁਣ ਜਿਹੜੀ ਨਵੀਂ ਵੈਰਾਈਟੀ ਆਈ ਹੈਗੀ ਹੈ ਜਿਹੜੀ ਕੋਰੋਨਾ ਵਾਇਰਸ ਦੇ ਆਪਾਂ ਦੱਸਦੇ ਆਂਗੇ ਉਹ ਥੋੜੀ ਘਾਤਕ ਹੈਗੀ ਹੈ ਜਿਹੜੇ ਇਸ ਵਾਰ ਕੋਰੋਨਾ ਵਾਇਰਸ ਜਿਹੜਾ ਹੈਗਾ ਇੱਕ ਨਵੀਂ ਉਹਦੀ ਇੱਕ ਸਟ੍ਰੇਨ ਕਹਿ ਸਕਦੇ ਆਂ ਆਪਾਂ ਜਾਂ ਕਿਸਮ ਕਹਿ ਸਕਦੇ ਆਂ ਜਿਹੜੀ ਆਈਡੈਂਟੀਫਾਈ ਹੋਈ ਹੈ ਜਿਹੜੀ ਪਹਿਲਾਂ ਸਾਡੇ ਮਨੁੱਖਾਂ ਦੇ ਵਿੱਚ ਸਾਡੇ ਇਨਸਾਨਾਂ ਵਿੱਚ ਨਹੀਂ ਹੁੰਦੀ ਸੀਗੀ ਉਹ ਹੈਗਾ 219 NCoV ਇੱਕ ਨਵਾਂ ਵਾਇਰਸ ਜਿਹੜਾ ਹੈਗਾ ਉਹਨੇ ਥੋੜੇ ਸ਼ੇਪ ਚੇਂਜ ਕੀਤੀ ਹੈਗੀ ਹੈ ਉਹ ਡਿਟੈਕਟ ਹੋਇਆ ਆਓ ਆਪਾਂ ਜਾਣੀਏ ਕਰੋਨਾ ਵਾਇਰਸ ਦੇ ਵਿੱਚ ਜਿਹੜੇ ਕੀ ਸਾਡੇ ਲੱਛਣ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਜਿਹੜੇ ਕਾਮਨ ਸਿੰਪਟਮ ਜਿਹੜੇ ਹੈਗੇ ਆ ਉਹ ਸਾਹ ਦੇ ਨਾਲ ਰਿਲੇਟਡ ਹੈਗੇ ਆ ਜਿਵੇਂ ਸਾਨੂੰ ਫੀਵਰ ਸਾਨੂੰ ਬੁਖਾਰ ਹੋ ਜਾਣਾ ਖੰਘ ਹੋਣੀ ਸੋ ਸਾਹ ਚੜਨਾ ਤੇ ਖਾਸ ਕਰਕੇ ਸਾਹ ਦੇ ਵਿੱਚ ਸਾਹ ਲੈਣਾ ਔਖਾ ਹੋਣਾ ਜਿਹੜੇ ਜਿੱਥੋਂ ਸਵੀਅਰ ਕੇਸਿਸ ਹੁੰਦੇ ਆ ਉਤੋਂ ਜਾ ਕੇ ਕਿਵੇਂ ਨਮੋਨੀਆ ਵੀ ਹੋ ਸਕਦਾ ਹੈ ਜਾਂ ਇੱਕਦਮ ਸਾਹ ਰੁਕ ਸਕਦਾ ਹੈ ਜੋ ਐਡਵਾਂਸ ਕੇਸ ਜਿਹਾ ਕਿਡਨੀ ਫੇਲਰ ਇਵਨ ਮੌਤ ਵੀ ਆਪਾਂ ਮੌਤ ਦੇ ਸ਼ਕਾਰ ਵੀ ਹੋ ਸਕਦੇ ਆ ਸੋ ਇਨੀਸ਼ੀਅਲ ਫੇਸਿਸ ਦੇ ਵਿੱਚ ਪਹਿਲਾਂ ਥੋੜੇ ਸਿੰਪਟਮਸ ਹੁੰਦੇ ਜਿਸ ਪਹਿਲਾਂ ਸਾਹਸ ਮਸਿਆ ਹੁੰਦੀ ਹੈ ਫੀਵਰ ਕਫ ਸ਼ਾਰਟ ਆਫ ਜਿਹੜਾ ਬ੍ਰੈਥ ਐਂਡ ਡਿਫਿਕਲਟੀ ਇਨ ਬਰੀਥਿੰਗ ਹੁੰਦੀ ਹੈਗੇ ਜੋ ਐਡਵਾਂਸ ਕੇਸ ਹੋ ਜਾਂਦੇ ਆ ਫਿਰ ਨਮੋਨੀਆ ਤੇ ਐਕਿਊਟ ਰੈਸਪੀਰੇਟਰੀ ਸਿੰਡਰੋਮ ਜਿਹਨੂੰ ਕਹਿ ਦਿੰਦੇ ਆ ਪਲਸ ਡਿਸਟ्रेस ਹੋ ਜਾਂਦਾ ਸਾਹ ਰੁਕ ਜਾਂਦਾ ਹੈਗਾ ਕਿਡਨੀ ਫੇਲਰ ਤੇ ਇਵਨ ਡੈਥ ਵੀ ਹੋ ਸਕਦੀ ਹੈ ਇਹ ਕਰੋਨਾ ਵਾਇਰਸ ਹੋਰ ਜਿਹੜੇ ਵਾਇਰਸ ਹੈਗੇ ਇਨਫੈਕਸ਼ਨ ਜਿਵੇਂ ਇੱਕ ਜੇ ਤੋ ਲਾਗਾ ਲੱਗ ਜਾਂਦਾ ਆ ਜਿੱਚ ਆਪਾਂ ਖੰਗਦੇ ਹੈਗੇ ਆ ਫੇ ਆਪਾਂ ਛਿੱਕ ਮਾਰ ਦਿੱਤੀ ਜਾਂ ਕਿਸੇ ਨੂੰ ਟੱਚ ਕਰ ਦਿੱਤਾ ਹੈਗਾ ਹੱਥ ਨਾਲ ਜਾਂ ਫੇਸ ਰਚ ਕਰਤਾ ਜਾਂ ਕੋਈ ਉਹ ਚੀਜ਼ਾਂ ਜਿਵੇਂ ਡੋਰ ਦਾ ਹੈਂਡਲ ਹੋ ਗਿਆ ਜਾਂ ਕੋਈ ਇਨਫੈਕਟਡ ਚੀਜ਼ ਹੈ ਜਿਸ ਦੇ ਚ ਪਹਿਲਾਂ ਕਿਸੇ ਨੂੰ ਪਹਿਲਾਂ ਹੈਗਾ ਉਹਨਾਂ ਹੱਥ ਲਾਇਆ ਹੈ ਉਹਨੂੰ ਹੱਥ ਲਗਾ ਦਈਏ ਸੋ ਅੱਗੇ ਲਾਗਾ ਲੱਗਦਾ ਹੈਗਾ ਐਕਚੁਅਲੀ ਸੋ ਆਪਾਂ ਨੂੰ ਇਸ ਚੀਜ਼ ਦਾ ਵੀ ਆਪਾਂ ਵਿਚਾਰ ਰੱਖਣਾ ਹੈ ਕਿ ਜੇ ਕੋਈ ਆਪਣੇ ਕੋਈ ਪੇਸ਼ੈਂਟ ਹੈਗਾ ਆ ਜਿਹੜਾ ਸਿੱਧਾ ਓਪਨਲੀ ਖੰਘਦਾ ਹੈਗਾ ਸਨੀਜ਼ ਕਰਦਾ ਹੈਗਾ ਜਾਂ ਕਿਸੇ ਨੂੰ ਟੱਚ ਕਰਦੇ ਹੈਗੇ ਆ ਜਾਂ ਕਿਸੇ ਡੋਰ ਹੈਂਡਲ ਹੈਗਾ ਆਪਾਂ ਧਿਆਨ ਰੱਖਣ ਦੇਣਾ ਆਪਾਂ ਨੂੰ ਸੋ ਕੋਰੋਨਾ ਵਾਇਰਸ ਦੇ ਵੀ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਵਾਰ ਜਿਵੇਂ ਅਪਰ ਰੈਸਪੀਟਰੀ ਇਨਫੈਕਸ਼ਨਸ ਜਿਹਦੇ ਵਿੱਚ ਜੁਕਾਮ ਹੋਣਾ ਰਨਿੰਗ ਆਫ ਨੋਜ਼ ਖੰਘ ਸੋਰ ਥਰੋਟ ਜਿਹੜਾ ਆਪਣਾ ਗਲਾ ਜਿਹੜਾ ਹੈਗਾ ਉਹਦੇ ਵਿੱਚ ਖਰਾਸ਼ ਹੋਣਾ ਇਸ ਲਈ ਕਈ ਵਾਰ ਫੀਵਰ ਵੀ ਮਹਿਸੂਸ ਹੁੰਦਾ ਹੈਗਾ ਜੋ ਇਸ ਤਰ੍ਹਾਂ ਦੇ ਅਲੱਗ-ਅਲੱਗ ਜਿਹੜੇ ਹੈਗੇ ਨੇ ਵਾਇਰਸ ਜਿਵੇਂ ਇਨਫੈਕਸ਼ਨ ਹੁੰਦੀ ਹੈ ਉਸ ਤਰ੍ਹਾਂ ਦਾ ਇੱਕ ਰੂਪ ਹੈਗਾ ਆਇਆ ਸਭ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਮੈਂ ਕਰੋਨਾ ਵਾਇਰਸ ਦੀ ਕੋਈ ਹੁਣ ਤੱਕ ਵੈਕਸੀਨ ਨਹੀਂ ਆ ਗਈ ਹੈਗੀ ਹੈ ਵੀ ਜੋ ਪਹਿਲਾਂ ਪਟਿਕਾ ਲਗਾ ਦਈਏ ਤਾਂ ਵਾਇਰਸ ਜਿਹੜਾ ਹੈਗਾ ਵਾਇਰਲ ਇਨਫੈਕਸ਼ਨ ਨਾ ਹੋਵੇ ਸੋ ਸਾਨੂੰ ਚਾਹੀਦਾ ਹੈਗਾ ਸਭ ਤੋਂ ਪਹਿਲਾਂ ਆਪਾਂ ਜਿਨ੍ਹਾਂ ਨੂੰ ਆਪਣੀ ਖਾਂਸੀ ਦੀ ਸਮੱਸਿਆ ਹੈਗੀ ਹੈ ਜਿਹਨੂੰ ਖੰਘ ਹੋ ਰਹੀ ਹੈ ਆਪਾਂ ਉਹਨਾਂ ਤੋਂ ਥੋੜਾ ਜਿਹਾ ਪਰਹੇਜ਼ ਰੱਖੀਏ ਆਪਾਂ ਉਹਨਾਂ ਤੋਂ ਤੇ ਖਾਸ ਕਰਕੇ ਆਪਾਂ ক্লোਜ਼ ਕੰਟੈਕਟ ਜਿਹੜੇ ਕਟੋੜ ਜਿਨ੍ਹਾਂ ਨੂੰ ਪਿੱਛੇ ਬੁਖਾਰ ਹੋ ਰਿਹਾ ਹੈਗਾ ਜਾਂ ਠੀਕ ਨਹੀਂ ਹੈ ਉਹਨਾਂ ਤੋਂ ਵੀ ਪਰੇ ਰਹੀਏ ਤੇ ਵਾਰ-ਵਾਰ ਆਪਣਾ ਹੱਥਾਂ ਨੂੰ ਵਾਸ਼ ਕਰਨਾ ਚਾਹੀਦਾ ਸਪੈਸ਼ਲੀ ਜਦੋਂ ਕਿਸੇ ਆਪਾਂ ਕਿਸੇ ਕੋਈ ਬਿਮਾਰ ਪੇਸ਼ੈਂਟ ਹੈਗਾ ਉਹਨੂੰ ਹੱਥ ਟੱਚ ਕਰਦੇ ਆ ਜਾਂ ਉਸ ਵਾਤਾਵਰਣ ਜਾਂਦੇ ਆ ਤਾਂ ਉਹ ਸਾਡਾ ਕੋਸ਼ਿਸ਼ ਕਰੀਏ ਬਾਰ-ਬਾਰ ਆਪਣਾ ਹੈਂਡ ਵਾਸ਼ਿੰਗ ਕਰੀਏ ਜਿਹੜੇ ਆਪਣੇ ਜੰਗਲੀ ਜਾਨਵਰ ਜਾਂ ਆਪਾਂ ਫਾਰਮ ਫਾਰਮਿੰਗ ਦੇ ਜਾਨਵਰ ਜਿਵੇਂ ਮੱਝਾਂ ਗਾਈਆਂ ਹੈਗੀਆਂ ਜਿਹੜੇ ਪ੍ਰੋਟੈਕਟਿਡ ਨਹੀਂ ਹੈਗੇ ਆ ਆਪਾਂ ਉਹਨਾਂ ਤੋਂ ਵੀ ਵਿਚਾਰ ਰੱਖੀਏ ਆਪਾਂ ਚ ਲਈ ਤੇ ਖਾਸ ਕਰਕੇ ਜਿਹੜੇ ਆਪਣੇ ਜਿੱਥੇ ਕੋਈ ਐ ਇਦਾਂ ਦੇ ਜਾਨਵਰ ਰੱਖੇ ਹੋਏ ਨੇ ਜਾਂ ਕੋਈ ਆਪਣੇ ਸਲੈਟਰ ਹਾਊਸ ਹੈਗੇ ਆ ਜਿਹਨੂੰ ਕਸਾਈ ਕਰ ਕਹਿੰਦੇ ਆਪਾਂ ਉਹ ਉਹਨਾਂ ਨੂੰ ਵੀ ਆਪਾਂ ਪ੍ਰੋਵਾਈਡ ਕਰਨਾ ਚਾਹੀਦਾ ਹੈਗਾ ਦੂਜੇ ਨੰਬਰ ਤੇ ਜਿੱਥੇ ਆਪਣੇ ਜਾਨਵਰ ਜਾਨਵਰ ਦੀ ਮੰਡੀਆਂ ਉਹਨਾਂ ਨੂੰ ਵੀ ਆਪਾਂ ਨੂੰ ਪ੍ਰੋਵਾਈਡ ਕਰਨਾ ਚਾਹੀਦਾ ਹੈ ਸਾਨੂੰ ਆਪਣੇ ਹੈਂਡ ਵਾਸ਼ ਆਪਣੇ ਪ੍ਰੋਪਰ ਸੋਪ ਨਾਲ ਕਰਨਾ ਚਾਹੀਦੇ ਆ ਤੇ ਖਾਸ ਕਰਕੇ ਜੇ ਪੋਸੀਬਲ ਹੋ ਸਕਦਾ ਜਿਹੜੇ ਅਲਕੋਹਲ ਬੇਸਡ ਹੈਂਡ ਸੈਨੀਟਾਈਜ਼ਰ ਹੈਗੇ ਨੇ ਉਹ ਆਪਾਂ ਨੂੰ ਜਰੂਰ ਉਹ ਯੂਜ਼ ਕਰਨੇ ਚਾਹੀਦੇ ਆ ਉਹਦੀ ਇੱਕ ਟੈਕਨੀਕ ਕੀ ਹੁੰਦੀ ਆ ਉਹ ਆਪ ਜੀ ਸਾਡਾ ਸਟਾਫ ਜਿਹੜਾ ਹੈਗਾ ਉਹ ਤਰ੍ਹਾਂ ਸ਼ੇਅਰ ਕਰੇਗਾ ਹੈਂਡ ਹਾਈਜਨ ਜਿਹੜੀ ਹੈ ਹੈਂਡ ਵਾਸ਼ ਜਿਹੜਾ ਹੈਗਾ ਉਹ ਸਾਨੂੰ ਕਿਸ ਤਰ੍ਹਾਂ ਕਰਨਾ ਹੈਗਾ ਤਾਂ ਜੋ ਸਾਡਾ ਹੱਥ ਪ੍ਰੋਪਰ ਵਾਸ਼ ਹੋ ਜੇ ਮੈਂ ਦੱਸਣਾ ਚਾਹਾਂਗਾ ਸਾਡਾ ਇਹ ਹਸਪੀਟਲ ਜਿਹੜਾ ਹੈ ਇਹ ਗਵਰਨਮੈਂਟ ਆਫ ਇੰਡੀਆ ਦਾ NABH ਦਾ ਫੁੱਲੀ ਐਕ੍ਰੈਡੀਟਿਡ ਆਈ ਹਸਪੀਟਲ ਹੈ ਜਿਹਦੇ ਵਿੱਚ ਸਾਡੇ ਸਟਾਫ ਨੂੰ ਇੱਕ ਪ੍ਰੋਪਰ ਟ੍ਰੇਨਿੰਗ ਦਿੱਤੀ ਗਈ ਹੈ ਕਿ ਉਹ ਹਰ ਸਟੈਪਸ ਕਿਦਾਂ ਰੱਖਣੀ ਹੈ ਆਪਣਾ ਵੀ ਧਿਆਨ ਕੇ ਵਿੱਚ ਰੱਖਣਾ ਤੇ ਪੇਸ਼ੈਂਟ ਧਿਆਨ ਕੇ ਵਿੱਚ ਰੱਖਣਾ ਆਓ ਅਸੀਂ ਸਾਡੇ ਸਟਾਫ ਜਿਹੜੀ ਹੈਗੀ ਆਪਣੇ ਜਸ ਜਸਪ੍ਰੀਤ ਕੋਰ ਜਿਹਨੂੰ ਆਪਾਂ ਇੱਕ ਡੈਜਿਨੇਟ ਕੀਤਾ ਹੈ ਆਈਸੀਐਨ ਇਨਫੈਕਸ਼ਨ ਕੰਟਰੋਲ ਨਰਸ ਉਸ ਤੋਂ ਆਪਾਂ ਜਾਣੀਏ ਕਿ ਹੈਂਡ ਵਾਸ਼ ਕਿਵੇਂ ਕਰਨੇ ਹੈਗੇ ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਨੂੰ ਅੱਜ ਜਿਹੜਾ ਕਰੋਨਾ ਵਾਇਰਸ ਫੈਲਿਆ ਹੋਇਆ ਸੀ ਤੁਹਾਨੂੰ ਉਹਦੇ ਬਾਰੇ ਅਵੇਅਰ ਕਰਨਾ ਜਾ ਰਹੇ ਹਾਂ ਅਸੀਂ ਆਈ ਹਸਪੀਟਲ ਦੇ ਵਿੱਚ ਕੰਮ ਕਰ ਰਹੇ ਹਾਂ ਤੇ ਅੱਜ ਤੁਹਾਨੂੰ ਅਸੀਂ ਹੈਂਡ ਵਾਸ਼ ਦੇ ਬਾਰੇ ਦੱਸਾਂਗੇ ਕਿ ਹੈਂਡ ਵਾਸ਼ਿੰਗ ਦੇ ਸਟੈਪ ਕਿਵੇਂ ਹੁੰਦੇ ਆ ਅਸੀਂ ਇਹੋ ਜਿਹੇ ਮਤਲਬ ਬਿਮਾਰੀਆਂ ਤੋਂ ਅਸੀਂ ਕਿੱਦਾਂ ਬਚ ਸਕਦੇ ਆ ਅਸੀਂ ਹੈਂਡ ਵਾਸ਼ ਕਰਾਂਗੇ ਐਲਕੋਹਲ ਸੈਨੀਟਾਈਜ਼ਰ ਦੇ ਨਾਲ ਸਾਡੇ ਹਸਪੀਟਲ ਦੀ ਆਈਸੀਨ ਜਸਪ੍ਰੀਤ ਕੌਰ ਤੁਹਾਨੂੰ ਸਟੈਪ ਬਾਰੇ ਜਾਣਕਾਰੀ ਦੇਣਗੇ ਦੇਖੋ ਇਹ ਤੁਸੀਂ ਦੇਖ ਰਹੇ ਹੋ ਇਹ ਫਸਟ ਸਟੈਪ ਹੈ ਹੈਂਡ ਵਾਸ਼ ਦੇ ਕਿਵੇਂ ਕਿਦਾਂ ਤੁਸੀਂ ਇਦਾਂ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ ਇਹ ਸੈਕੰਡ ਸਟੈਪ ਫੋਰਥ ਸਟੈਪ ਫਿਫਥ ਸਟੈਪ 6 6 7 7 ਜੰਪਡ ਫੋਨ ਦੇਖੋ ਹੁਣ ਤੁਸੀਂ ਦੇਖੋ ਜੇ ਤੁਸੀਂ ਇਦਾਂ ਆਪਣੇ ਹੱਥਾਂ ਨੂੰ ਸਾਫ਼ ਰੱਖੋਗੇ ਤਾਂ ਤੁਸੀਂ ਇਹੋ ਜਿਹੀਆਂ ਕਦੇ ਵੀ ਇਹਨਾਂ ਬਿਮਾਰੀਆਂ ਨੂੰ ਫੇਸ ਨਹੀਂ ਕਰ ਪਾਉਂਗੇ ਥੈਂਕ ਯੂ ਸੋ ਮੱਚ ਖਾਸ ਕਰ ਇਹ ਆਦਤ ਪਾਓ ਆਪਣੇ ਹੱਥ ਤੇ ਜਿਹੜੇ ਹੈਗੇ ਨੇ ਉਂਗਲੀਆਂ ਜਿਹੜੀਆਂ ਆਪਣੀ ਅੱਖਾਂ ਨੋਜ਼ ਤੇ ਮੂੰਹ ਤੋਂ ਆਪਣੇ ਮੂੰਹ ਤੋਂ ਦੂਰ ਰੱਖਿਏ ਆਪਾਂ ਚਲੋ ਬਾਰ-ਬਾਰ ਟੱਚ ਨਾ ਕਰੀਏ ਤੇ ਖਾਸ ਕਰਕੇ ਜਿਹੜੇ ਆਪਣੇ ਜਿਹਨਾਂ ਨੂੰ ਕਿਸੇ ਇਨਫੈਕਸ਼ਨ ਹੈ ਉਹਦੇ ਬਿਲਕੁਲ ਕਲੋਜ਼ ਕੰਟੈਕਟ ਚ ਨਾ ਆ ਜਾਈਏ ਸੋ ਇਹ ਜਿਹੜੇ ਕੋਰੋਨਾ ਵਾਇਰਸ ਜੇ ਹੋ ਵੀ ਜਾਂਦਾ ਹੈਗਾ ਤਾਂ ਇਹਨੂੰ ਉਸ ਤਰ੍ਹਾਂ ਹੀ ਟਰੀਟ ਕਰਤਾ ਦੇਣਾ ਜਿਵੇਂ ਕਿ ਕਿਸੇ ਨੂੰ ਜੁਕਾਮ ਹੋਇਆ ਹੁੰਦਾ ਜਾਂ ਉੱਪਰ ਰੈਸਪੀਰੀ ਇਨਫੈਕਸ਼ਨ ਹੁੰਦੀਆਂ ਨੇ ਸਭ ਤੋਂ ਪਹਿਲਾਂ ਮੈਂ ਚਾਹਾਂਗਾ ਵੀ ਇਹ ਦੱਸਣ ਜਾਵਾਂਗੇ ਆਪਾਂ ਨੂੰ ਜਿਹੜਾ ਹੈਗਾ ਮੈਕਸਿਮਮ ਸਾਨੂੰ ਰੈਸਟ ਵੀ ਕਰਨੀ ਚਾਹੀਦੀ ਹੈ ਜਿਆਦਾ ਸਾਨੂੰ ਐਕਟਿਵਿਟੀ ਹੋਣਾ ਚਾਹੀਦਾ ਜਦੋਂ ਇਨਫੈਕਸ਼ਨ ਹੋ ਵੀ ਜਾਂਦੀ ਹੈ ਤੁਹਾਨੂੰ ਬਹੁਤ ਤੋਂ ਬਹੁਤ ਸਾਨੂੰ ਪਾਣੀ ਪੀਣਾ ਚਾਹੀਦਾ ਹੈ ਖਾਸ ਕਰਕੇ ਇਹ ਦੱਸਣਾ ਚਾਹਾਂਗਾ ਪਾਣੀ ਵੀ ਬਾਰ-ਬਾਰ ਪਿਓ ਆਪਣਾ ਗਲਾ ਜਿਹੜਾ ਹੈਗਾ ਉਹ ਸੁੱਕਣ ਨਾ ਦਿਓ ਵਿਚਲੀ ਜੇਕਰ ਕਿਸੇ ਨੂੰ ਐਦਾ ਜ਼ੁਕਾਮ ਵਰਗੀ ਜਾਂ ਖਾਂਸੀ ਵਾਲੀ ਗੱਲ ਲੱਗਦੇ ਵੀ ਹੈਗੇ ਆ ਜਾਂ ਬੁਖਾਰ ਹੁੰਦਾ ਆ ਉਹ ਬਿਲਕੁਲ ਆਪਾਂ ਇਹਨੂੰ ਇਗਨੋਰ ਨਾ ਕਰੋ ਤੇ ਆਪਣੇ ਡਾਕਟਰ ਨੂੰ ਜਾ ਕੇ ਜਰੂਰ ਚੈੱਕਅਪ ਕਰਾਓ ਤੇ ਖਾਸ ਕਰਕੇ ਜਿਹੜੇ ਛੋਟੇ ਬੱਚੇ ਹੈਗੇ ਨੇ 19 ਸਾਲ ਤੋਂ ਘੱਟ ਆ ਉਹਨਾਂ ਨੂੰ ਐਸਪ੍ਰਿਨ ਦੀ ਗੋਲੀ ਨਹੀਂ ਲੈਣ ਚਾਹੀਦੀ ਜੇਕਰ ਬੁਖਾਰ ਹੁੰਦਾ ਵੀ ਹੈ ਉਹਨਾਂ ਨੂੰ ਪੈਰਾਸੈਟਾਮੋਲ ਜਾਂ ਬਰੂਫਨ ਟਾਈਪ ਦੇ ਹੈਗੇ ਆ ਉਹੀ ਲੈਣ ਚਾਹੀਦੇ ਆ ਨੇ ਤੇ ਆਪਣੇ ਘਰ ਦੇ ਵਿੱਚ ਵੀ ਜਿਹੜਾ ਹੈਗਾ ਜਦੋਂ ਹਿਊਮਿਡੀਫਾਇਰ ਜਾਂ ਸਟੀਮੀ ਸ਼ਾਵਰ ਜਿਹੜੇ ਹੈਗੇ ਆ ਉਹ ਥੋੜਾ ਗਲੇ ਨੂੰ ਜਿਹੜਾ ਹੈਗਾ ਆਪਾਂ ਨੇ ਜਸ ਸਕ੍ਰੈਚੀ ਨੂੰ ਥੋੜਾ ਹੈਲਪ ਕਰ ਸਕਦੀ ਹੈ ਜੇਕਰ ਤੁਹਾਨੂੰ ਇਹ ਲੱਗਦਾ ਵੀ ਕੋਈ ਸਿੰਪਟਮਸ ਐਦਰ ਆਉਂਦੇ ਆ ਤਾਂ ਇਹਨੂੰ ਇਗਨੋਰ ਨਾ ਕਰੋ ਆਪਣੇ ਘਰੇ ਬੈਠ ਕੇ ਆਪ ਇਲਾਜ ਨਾ ਕਰੋ ਆਪਣੇ ਡਾਕਟਰ ਸਾਹਿਬ ਨੂੰ ਜਾ ਕੇ ਮਿਲ ਕੇ ਇਹਦਾ ਪ੍ਰੋਪਰ ਇਲਾਜ ਕਰਵਾਓ ਇਹਨੂੰ ਬਿਲਕੁਲ ਅੰਗੈਲੀ ਨਾ ਕਰੋ ਮੈਂ ਹੁਣ ਆਪਣੇ ਅੱਖਾਂ ਦੇ ਵਿਭਾਗ ਬਾਰੇ ਗੱਲ ਕਰਾਂਗਾ ਜਿਹੜਾ ਕਰੋਨਾ ਵਾਇਰਸ ਹੈ ਜਿੱਥੇ ਆਪਾਂ ਹੁਣ ਗਲੇ ਦੀ ਗੱਲ ਕੀਤੀ ਹੈ ਅੱਖਾਂ ਦੇ ਰਾਹੀ ਵੀ ਇਹ ਇਨਫੈਕਸ਼ਨ ਅੱਗੇ ਹੋ ਸਕਦੀ ਹੈ ਸਾਡੇ ਸੰਸਾਰ ਪੱਧਰ ਦੇ ਸਾਡੇ ਅੱਖਾਂ ਦੇ ਸਾਡੇ ਸਾਡੇ ਵਿਗਿਆਨੀ ਡਾਕਟਰ ਸਹਿਬਾਨਾ ਨੇ ਇੱਕ ਪ੍ਰੋਪਰ ਆਪਣੇ ਪਲੇਟਫਾਰਮ ਤੋਂ ਇਹ ਮੈਸੇਜ ਦਿੱਤਾ ਹੈਗਾ ਕਿ ਜਿਹੜਾ ਕਰੋਨਾ ਵਾਇਰਸ ਹੈਗਾ ਉਹ ਕੰਜਕਟਿਵਿਟਿਸ ਰਾਹੀਂ ਜਿੱਥੇ ਨਾਲ ਖਾਸ ਕਰਕੇ ਰੈਸਪੀਰੇਟਰੀ ਇਨਫੈਕਸ਼ਨਸ ਹੁੰਦੀਆਂ ਨੇ ਜੇ ਅੱਖਾਂ ਵੀ ਦੁਖਣੀਆਂ ਆਈਆਂ ਹੋਈਆਂ ਨੇ ਤਾਂ ਉਹਨਾਂ ਨੂੰ ਵੀ ਕਰੋਨਾ ਵਾਇਰਸ ਹੋ ਸਕਦਾ ਹੈਗਾ ਸੋ ਆਓ ਆਪਾਂ ਜਾਣਦੇ ਹੈਗੇ ਆਂ ਵੀ ਆਪਾਂ ਅੱਖਾਂ ਦੇ ਨਾਲ ਕਿਦਾਂ ਇਨਫੈਕਸ਼ਨ ਹੁੰਦੀ ਹੈ ਕਰੋਨਾ ਵਾਇਰਸ ਇਨਫੈਕਸ਼ਨ ਜਿਹੜੀ ਹੈਗੀ ਜਿੱਥੇ ਚੈਸਟ ਇਨਫੈਕਸ਼ਨ ਹੈ ਨਾਲ ਆਪਣੇ ਹੁੰਦੀ ਹੈ ਤੇ ਨਾਲ ਸਾਡੇ ਅੱਖਾਂ ਦੇ ਰਾਹੀਂ ਵੀ ਇਨਫੈਕਸ਼ਨ ਅੱਗੇ ਵੱਧ ਸਕਦੀ ਹੈਗੀ ਹੈ ਸੋ ਸਾਡੇ ਸੰਸਾਰ ਪੱਧਰ ਦੇ ਡਾਕਟਰ ਅੱਖਾਂ ਦੇ ਮਾਹਰ ਡਾਕਟਰ ਵੱਲੋਂ ਇੱਕ ਸਲਾਹ ਦਿੱਤੀ ਗਈ ਹੈ ਕਿ ਜਿੱਥੇ ਆਪਾਂ ਆਪਣੇ ਮੂੰਹ ਨਾਲ ਪ੍ਰੋਟੈਕਸ਼ਨ ਕਰਨੀ ਹੈਗੀ ਨੱਕ ਨਾਲ ਪ੍ਰੋਟੈਕਸ਼ਨ ਨਹੀਂ ਆਪਣੇ ਅੱਖਾਂ ਦੀ ਪ੍ਰੋਟੈਕਸ਼ਨ ਵੀ ਕਰੀਏ ਉਸ ਖਾਸ ਕਰਕੇ ਜਿੱਥੇ ਦੱਸਿਆ ਗਿਆ ਕਿ ਜੇ ਮੂੰਹ ਦੇ ਜਿਹੜੇ ਜਾਂ ਨੋਜ਼ ਦੇ ਆਪਣੇ ਨੱਕ ਦੇ ਅੱਗੇ ਜਿਹੜਾ ਮਾਸਕ ਲਾਣਾ ਹੈਗਾ ਉਹ ਇੱਕ ਸਪੈਸ਼ਲ ਮਾਸਕ ਹੈਗਾ ਉਹਦਾ ਨਾਮ ਹੈਗਾ N95 ਮਾਸਕ ਤੇ ਅੱਖਾਂ 'ਵੱਸੇ ਸਪੈਸ਼ਲ ਗੋਗਲ ਜਾਂ ਸ਼ੀਲਡ ਹਮ ਲਗਾਉਣ ਚਾਹੀਦੀ ਹੈ ਤਾਂ ਕਿ ਜਦੋਂ ਸਾਡੇ ਡਾਕਟਰ ਸਾਹਿਬਾਨ ਜਿਹੜੇ ਹੈਗੇ ਐ ਤੇ ਸਾਡੇ ਪੈਰਾਮੈਡੀਕ ਸਟਾਫ ਹੈਗੇ ਐ ਉਸ ਜਿੱਦਾਂ ਏਦਾਂ ਦੇ ਪੇਸ਼ੈਂਟ ਕੋਈ ਓਪੀਡੀ ਵਿੱਚ ਵੀ ਆਂਦਾ ਹੈਗਾ ਜਿਹਦੇ ਵਿੱਚ ਲੱਗਦਾ ਹੈਗਾ ਕਿ ਉਹ ਪੇਸ਼ੈਂਟ ਆਣ ਸਮੇਂ ਦੇ ਵਿੱਚ ਜੇ ਕਿਸੇ ਨੂੰ ਇਨਫੈਕਸ਼ਨ ਹੋਈ ਹੋਈ ਹੈ ਪੇਸ਼ੈਂਟ ਇਕੱਠੇ ਬੈਠੇ ਹੋਏ ਨੇ ਤੇ ਜਦੋਂ ਕੋਈ ਪੇਸ਼ੈਂਟ ਇਨਫੈਕਸ਼ਨ ਹੋਈ ਹੈ ਚੈਸਟ ਦੀ ਜਾਂ ਅੱਖਾਂ ਵੀ ਲਾਲ ਹੋਈਆਂ ਹੋਈਆਂ ਨੇ ਤਾਂ ਪੋਸਿਬਿਲਟੀ ਹੋ ਸਕਦੀ ਹੈ ਕਿ ਉਹਨੂੰ ਕੋਰੋਨ ਵਾਇਰਸ ਜਾਂ ਕੋਈ ਵਾਇਰਲ ਇਨਫੈਕਸ਼ਨ ਨਾ ਹੋਵੇ ਸੋ ਆਪਾਂ ਵਿਚਾਰ ਕਰਦੇ ਦਾ ਆਓ ਆਪਾਂ ਇਦੇ ਬਸ ਕੀ ਹੋਰ ਬੈਟਰ ਸਟੈਪਲੈਸ ਹੈ ਤੇ ਉਹਦੇ ਬਾਰੇ ਜਾਣੀ ਹੈ ਸੋ ਆਪਣੇ ਜਿਹੜੇ ਸਾਡੇ ਪੇਸ਼ੈਂਟਸ ਆਂਦੇ ਨੇ ਅੱਖਾਂ ਦੇ ਉਹਨਾਂ ਵਿੱਚ ਵੀ ਆਪਾਂ ਇਹ ਜਾਨਣਾ ਹੁੰਦਾ ਵੀ ਕੀ ਸਾਡੇ ਪੇਸ਼ੈਂਟ ਨੂੰ ਪਹਿਲਾਂ ਜਿਹੜਾ ਕਨਜਕਟਿਵਾਈਟਸ ਹੋਇਆ ਹੈ ਜਿਹਨੂੰ ਅੱਖ ਦੇ ਵਿੱਚ ਅੱਖਾਂ ਦੁਖਣੀ ਆਈ ਹੋਈਆਂ ਕੋਈ ਪਹਿਲਾਂ ਇਹਨੂੰ ਚੈਸ ਇਨਫੈਕਸ਼ਨ ਤਾਂ ਨਹੀਂ ਸੀਗੀ ਜਾਂ ਇਹ ਪੇਸ਼ੈਂਟ ਜਿਹੜਾ ਹੈਗਾ ਕੋਈ ਇੰਟਰਨੈਸ਼ਨਲੀ ਬਾਹਰੋਂ ਟਰੈਵਲ ਕਰਕੇ ਤਾਂ ਨਹੀਂ ਆਇਆ ਤੇ ਖਾਸ ਕਰਕੇ ਚਾਈਨਾ ਵੱਲੋਂ ਤਾਂ ਨਹੀਂ ਆਇਆ ਹੈਗਾ ਜੇਕਰ ਇਸ ਤਰ੍ਹਾਂ ਦਾ ਹੀ ਹੈਗੀ ਹੈ ਤਾਂ ਸਾਨੂੰ ਡਾਕਟਰ ਸਾਹਿਬਾਨ ਨੂੰ ਵੀ ਸਾਡੇ ਪੈਰਾਮੈਡਿਕ ਸਟਾਫ ਨੂੰ ਵੀ ਤੇ ਸਮੁੱਚੇ ਸਮਾਜ ਨੂੰ ਵੀ ਧਿਆਨ ਰੱਖਣਾ ਚਾਹੀਦਾ ਵੀ ਜੇ ਆਪਾਂ ਨੂੰ ਕਨਜੈਕਟਿਵਾਈਟਸ ਹੁੰਦਾ ਹੈ ਬਿਲਕੁਲ ਇਹਨੂੰ ਇਹ ਨਾਲ ਇਨਫੈਕਸ਼ਨ ਵੀ ਹੈਗੀ ਹੈ ਤਾਂ ਆਪਾਂ ਬਿਲਕੁਲ ਇਹਨੂੰ ਹਲਕਾ ਨਾ ਲਓ ਆਪਾਂ ਪ੍ਰੋਪਰ ਆਪਣੇ ਮੈਡੀਕਲ ਡਾਕਟਰ ਨੂੰ ਤੇ ਆਪਣੇ ਅੱਖਾਂ ਡਾਕਟਰ ਨੂੰ ਚੈੱਕ ਕਰਾਈਏ ਆਪਾਂ ਸੋ ਇਹ ਕੁਝ ਜਾਣਕਾਰੀਆਂ ਸਿਗੀਆਂ ਜਿਹਦੇ ਵਿੱਚ ਆਪਾਂ ਤੁਹਾਡਾ ਨਾਲ ਸ਼ੇਅਰ ਕੀਤੀ ਹੈ ਵੀ ਕੋਰੋਨਾ ਵਾਇਰਸ ਕੀ ਹੈਗਾ ਇਹਦੇ ਸਿੰਪਟਮਸ ਕੀ ਨੇ ਤੇ ਇਹਦਾ ਬਚਾਅ ਕੀ ਹੈ ਸੋ ਕੋਈ ਵੀ ਇਦਾਂ ਨਹੀਂ ਲੱਗਦੀ ਵੀ ਹੈ ਸਾਡੇ ਭਾਰਤ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਿਹਤ ਮੰਤਰਾਲੇ ਵੱਲੋਂ बार-बार ਇਹ ਅچھے ਇਨਸਟਰਕਸ਼ਨ ਦਿੱਤੇ ਜਾ ਰਹੇ ਨੇ ਜਿਵੇਂ ਜਿਵੇਂ ਸਰਕਾਰ ਵੱਲੋਂ ਕੋਈ ਇਨਸਟਰਕਸ਼ਨ ਮਿਲਦੀਆਂ ਨੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈਗਾ ਵੀ ਉਹਨੂੰ ਫਾਲੋ ਕਰੀਏ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਇੱਕ ਮਹਾਮਾਰੀ ਨਾ ਬਣ ਜਾਵੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਸਾਡੇ ਇੰਡਿਅਨ ਸਭ ਦਾ ਫਰਜ਼ ਬਣਦਾ ਹੈ ਵੀ ਆਪਾਂ ਇਹ ਪੂਰੇ ਸਤਰਕ ਹੋ ਕੇ ਪੂਰੀ ਜਾਣਕਾਰੀ ਲੈ ਕੇ ਇਹਦੇ ਨਾਲ ਇੱਕ ਬਹਾਦਰ ਹੋ ਕੇ ਇਸ ਮਹਾਮਾਰੀ ਤੋਂ ਬਚਾ ਕਰੀਏ ਜੇਕਰ ਅਸੀਂ ਬਚਾਅ ਕਰਦੇ ਆਂ ਤੇ ਬਿਮਾਰੀਆਂ ਦੇ ਇਲਾਜ ਦਾ ਇੱਕ ਬਿਹਤਰ ਇਹ ਇਲਾਜ ਹੈ ਸੋ ਆਓ ਅਸੀਂ ਆਪਾਂ ਕਰੋਨਾ ਵਾਇਰਸ ਤੋਂ ਬਚਾਅ ਕਰਦੇ ਹੋਏ ਆਪਾਂ ਉਹ ਮਹਾਮਾਰੀ ਬਿਮਾਰੀ ਜਿਹੜੀ ਹੈਗੀ ਹੈ ਜਿਸ ਚ ਆਪਾਂ ਹੁਣ ਤੱਕ ਕਿੰਨੀ ਪੈਨਿਕ ਫੈਲ ਚੁੱਕਿਆ ਕਿੰਨੀਆਂ ਮੌਤਾਂ ਹੋ ਚੁੱਕੀਆਂ ਨੇ ਸ਼ਿਕਾਰ ਹੋ ਚੁੱਕੇ ਆ ਜੇ ਆਪਾਂ ਉਹ ਤੋਂ ਬਚਾਅ ਕਰ ਲਵਾਂਗੇ ਸਾਡਾ ਇਹੀ ਇੱਕ ਇਲਾਜ ਦਾ ਹਿੱਸਾ ਹੋਵੇਗਾ ਹਾਂ ਜੇਕਰ ਆਪਾਂ ਤੰਦਰੁਸਤ ਰਹਿਣਾ ਚਾਹੁੰਦੇ ਆਂ ਸਭ ਤੋਂ ਪਹਿਲਾਂ ਸਾਨੂੰ ਜਾਗਰੂਕ ਹੋਣਾ ਪਏਗਾ ਆਓ ਅਸੀਂ ਆਪਾਂ ਪੁਨਜੋਤ ਹੈਲਥ ਐਜੂਕੇਸ਼ਨ ਡਰਾਈਵ ਤੋਂ ਇਸ ਸਿਰਖਾ ਲੈ ਕੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਰੋਨਾ ਵਾਇਰਸ ਪ੍ਰਤੀ ਜਾਗਰੂਤਾ ਫਲਾਈਏ ਤਾਂ ਜੋ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇਹ ਮਹਾਮਾਰੀ ਬਿਮਾਰੀ ਹੋ ਨਾ ਸਕੇ ਜਿਹੜੇ ਰੱਖਦੇ ਨੇ ਆਪਣੀ ਸਿਹਤ ਦਾ ਧਿਆਨ ਉਹ ਬਣਦੇ ਨੇ ਮਹਾਨ ਆਓ ਅਸੀਂ ਆਪਣੀ ਸਿਹਤ ਧਿਆਨ ਰੱਖ ਕੇ ਆਪਾਂ ਇੱਕ ਮਹਾਨ ਬਣੀਏ ਆਪਾਂ ਸਮੁੱਚੇ ਸੰਸਾਰ 'ਚ ਦਸੀਏ ਵੀ ਪੰਜਾਬੀ ਲੋਕ ਜਿਹੜੇ ਜਾਗਰੂਕ ਹੋ ਚੁੱਕੇ ਨੇ ਤੇ ਉਹ ਕਰੋਨਾ ਵਾਇਰਸ ਬਰਤੀ ਪੂਰੀ ਜਾਣਕਾਰੀ ਲੈ ਕੇ ਬਿਲਕੁਲ ਨਿਸ਼ਚਿੰਤ ਨੇ ਤੇ ਪੂਰਾ ਧਿਆਨ ਰੱਖਣਗੇ ਤੇ ਸਾਡੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇਹ ਬਿਮਾਰੀ ਨੂੰ ਫੈਲਣ ਨਹੀਂ ਦੇਣਗੇ ਜੇ ਕਿਸੇ ਨੂੰ ਵੀ ਕਰੋਨਾ ਵਾਇਰਸ ਬਰਤੀ ਹੋਰ ਜਾਣਕਾਰੀ ਲੈਣਾ ਚਾਹੁੰਦੇ ਆ ਸਾਡੇ ਪੁਨਰਜੋਤ ਹੈਲਥ ਐਜੂਕੇਸ਼ਨ ਇਨਕੁਆਰੀ ਸੈਂਟਰ ਡਾਕਟਰ ਰਮੇਸ਼ ਸੁਪਰ ਸਪੈਸ਼ੈਲਟੀ ਆਈਲਿਸੈਂਟਰ ਰੂਦਾਨਾ ਸੰਪਰਕ ਕਰ ਸਕਦੇ ਹੋ ਸਾਨੂੰ ਈਮੇਲ ਕਰ ਸਕਦੇ ਹੋ ਆਡਾ ਈਮੇਲ ਐਡਰੈਸ ਹੈ ਰਮੇਸ਼ ਪੁਨਰਜੋਤ @yahoo.com ਤੇ ਸਾਡਾ WhatsApp ਨੰਬਰ ਹੈਗਾ ਆ 75899 44331 ਸੋ ਸਾਨੂੰ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਆ ਸਾਨੂੰ ਈਮੇਲ ਕਰ ਸਕਦੇ ਆ ਸਾਨੂੰ WhatsApp ਕਰ ਸਕਦੇ ਆ ਸੋ ਤੁਹਾਡੇ ਵੱਲੋਂ ਜੋ ਕੋਈ ਵੀ ਕੁਐਰੀਸ ਹੋਣਗੀਆਂ ਸਾਡਾ ਸੰਪਰਕ ਕਰੋ ਆਪਾਂ ਬੜੀ ਖੁਸ਼ੀ ਮਹਿਸੂਸ ਕਰਾਂਗੇ ਮਾਣ ਮਹਿਸੂਸ ਕਰਾਂਗੇ ਕਿ ਆਪਾਂ ਕਿਸੇ ਨੂੰ ਜਾਣਕਾਰੀ ਦੇ ਸਕੇ ਆ ਸੋ ਇਹ ਜਿਹੜਾ ਸਾਡਾ ਇਹ ਵੀਡੀਓ ਬਣਾਇਆ ਗਿਆ ਸੀਗਾ ਹੈਲਥ ਐਜੂਕੇਸ਼ਨ ਦਾ ਮੈਂ ਸਭ ਨੂੰ ਰਿਕਵੈਸਟ ਕਰਾਂਗਾ ਤੁਸੀਂ ਪਲੀਜ਼ ਇਹਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਸੋ ਦੈਟ ਆਲਵਰਟ ਐਮ ਦੇ ਵਿੱਚ ਤੁਹਾਡੇ ਵੱਲੋਂ ਇਹ ਸ਼ੇਅਰ ਕੀਤੀ ਹੋਈ ਜਾਣਕਾਰੀ ਕਿਸੇ ਦੀ ਬੜਮੁਲੀ ਜਾਨ ਨੂੰ ਬਚਾ ਸਕਦੀ ਹੈ ਕਿਸੇ ਪਰਿਵਾਰ ਨੂੰ ਬਚਾ ਸਕਦੀ ਹੈ ਸਾਡੇ ਸਮਾਜ ਨੂੰ ਬਚਾ ਸਕਦੀ ਸਾਡੇ ਦੇਸ਼ ਨੂੰ ਸਾਡੇ ਸੰਸਾਰ ਨੂੰ ਬਚਾ ਸਕਦੀ ਹੈ ਆਓ ਸਾਡਾ ਇਸ ਚੈਨਲ ਡਾਕਟਰ ਮੀਸ਼ ਸੁਪਰ ਸਪੈਸ਼ੈਲਟੀ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ Thank you very much.